ਨਿਸ਼ਾਨ ਅਕੈਡਮੀ ਔਲਖ ਦਾ ਸਾਲਾਨਾ ਇਨਾਮਨ ਸਮਾਰੋਹ ਯਾਦਗਾਰੀ ਹੋ ਨਿਬੜਿਆ। ਸਿੱਖਿਆ ਅਤੇ ਹੋਰ ਗਤੀਵਿਧੀਆਂ ਵਿੱਚ ਅਕੈਡਮੀ ਦਾ ਨਾਂ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਇਨਾਮਨ ਸਮਾਰੋਹ ਨੂੰ ਚਾਰ ਚੰਨ ਲਾ ਦਿੱਤੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਮਿਹਨਤ ਨਾਲ ਵੱਖ ਵੱਖ ਵਿਸ਼ਿਆਂ ਤੇ ਤਿਆਰ ਕੀਤੀ ਗਈ ਸਾਇੰਸ ਪ੍ਰਦਰਸ਼ਨੀ ਲਾਈ ਗਈ, ਜੋ ਸਮਾਰੋਹ ਦੌਰਾਨ ਖਿੱਚ ਦਾ ਕੇਂਦਰ ਰਹੀ। ਇਹ ਜੀ ਐਗਰੀਕਲਚਰ ਤੇ ਬਣਾਇਆ ਜੀ ਅਸੀਂ, ਜਿਹੜਾ ਕਿ ਖੇਤਾਂ ਨੂੰ ਪਾਣੀ ਦੇ ਰਿਹਾ ਜੀ। ਆਪਣੇ ਕੋਲ ਜੀ ਇੱਧਰੋਂ ਲੈਟ ਤੋਂ ਆ ਟਰਾਂਸਫਾਰਮ ਦੀ ਜਾ ਰਹੀ ਹੈ ਜੀ। ਇਹ ਟਰਾਂਸਫਾਰਮ ਜੀ ਆਪਾਂ ਨੂੰ ਡੀ ਸੀ ਮੋਟਰ ਨਾਲ ਜੋੜਦਾ ਜੀ, ਚਾਰਜਰ ਲਾ ਕੇ। ਬਾਅਦ 'ਚੋਂ ਇਹੀ ਜੀ ਇਹ ਜਿਹੜਾ ਏ ਸੀ ਮੋਟਰ ਨਾਲ ਵੀ ਚੱਲਦੀ ਹੈ, ਜਿਹੜੀ ਆਹ ਬੋਰ ਏ ਸੀ ਮੋਟਰ ਨਾਲ ਚੱਲਦਾ, ਇਹ ਪਾਣੀ ਰੀਪ੍ਰੋਡਿਊਸ ਇਹ ਆਪਾਂ ਨੂੰ ਫਸਲਾਂ ਨੂੰ ਦੇ ਰਿਹਾ ਜੀ ਪਾਣੀ। ਅਤੇ ਆਹ ਸਾਡੀ ਟੋਕਾ ਚੱਲਦਾ ਸੀਗਾ ਜੀ ਆਹ ਵਾਲਾ, ਅਤੇ ਇਸ ਕਰਕੇ ਆਹ ਬਣਾਇਆ ਜੀ ਅਸੀਂ। ਇਸ ਪਾਣੀ ਨੂੰ ਆਪਾਂ ਸਟੋਰ ਵੀ ਕਰ ਸਕਦੇ? ਹਾਂਜੀ, ਨਹੀਂ ਜੀ ਪਾਣੀ ਨਹੀਂ ਸਟੋਰ ਕਰ ਸਕਦੇ, ਰੀਸਰਕਲ ਹੋ ਰਿਹਾ ਜੀ। ਮੇਰਾ ਨਾਮ ਗੁਰਜਿੰਦਰ ਸਿੰਘ ਹੈ ਜੀ, ਹਰਪ੍ਰੀਤ ਸਿੰਘ। ਅੰਕਲ, ਇਹ ਬਾਇਓਗੈਸ ਪਲਾਂਟ ਆ, ਜੇ ਆਪਾਂ ਸਿੰਪਲ ਫਿਊਲ ਯੂਜ ਕਰਦੇ ਹੈਗੇ ਹਾਂ, ਉਹ ਬਹੁਤ ਜ਼ਿਆਦਾ ਪੋਲਿਊਸ਼ਨ ਕਾਜ਼ ਕਰਦੀ ਹੈਗੀ ਆ। ਆਪਣੇ ਇਨਵਾਇਰਮੈਂਟ ਵਿੱਚ ਆਲਰੇਡੀ ਬਹੁਤ ਜ਼ਿਆਦਾ ਪੋਲਿਊਸ਼ਨ ਹੈਗਾ, ਤਾਂ ਕਰਕੇ ਜਿਹੜਾ ਆਪਣਾ ਕਾਓਡੰਗ ਅਤੇ ਵਾਟਰ ਹੁੰਦਾ ਉਹਨੂੰ ਮਿਕਸ ਕਰਕੇ ਜਦੋਂ ਆਪਾਂ ਇਹ ਡੋਮ ਦੇ ਅੰਦਰ ਭੇਜਦੇ ਹਾਂ, ਉੱਥੇ ਬੈਕਟੀਰੀਆ ਪ੍ਰੈਜੈਂਟ ਹੁੰਦਾ। ਬੈਕਟੀਰੀਆ ਇਹਨੂੰ ਮਿਥੇਨ ਗੈਸ ਵਿੱਚ ਕਨਵਰਟ ਕਰ ਦਿੰਦਾ ਹੈਗਾ, ਮੁੜ ਕੇ ਆਪਾਂ ਇਹਨੂੰ ਚੁੱਲ੍ਹਾ ਵਿੱਚ ਬਰਨ ਕਰਦੇ ਹਾਂ। ਇਹਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗੇ ਆ। ਹਾਂਜੀ, ਜਿਵੇਂ ਕਿ ਆਪਾਂ ਮੈਨਿਊਰ ਖਾਦ ਉਹ ਐਗਰੀਕਲਚਰ ਵਿੱਚ ਯੂਜ਼ ਕਰ ਸਕਦੇ, ਇਹਨਾਂ ਆਪਾਂ ਬਿਜਲੀ ਵੀ ਪ੍ਰੋਡਿਊਸ ਕਰ ਸਕਦੇ ਹਾਂ। ਆਮ ਕੱਲ ਅੱਜ ਕੱਲ੍ਹ ਵੈਸੇ ਇਹ ਸਾਰੀਆਂ ਚੀਜ਼ਾਂ ਪਿੰਡਾਂ ਵਿੱਚ ਹੁੰਦੀਆਂ ਅਤੇ ਪਿੰਡਾਂ ਵਾਲੀਆਂ ਬਹੁਤ ਜ਼ਿਆਦਾ ਇਫੈਕਟਿਵ ਆ, ਅਤੇ ਇਹ ਯੂਜ਼ ਕਰਨਾ ਚਾਹੀਦਾ। ਸਮਾਰੋਹ ਦੇ ਮੁੱਖ ਮਹਿਮਾਨ ਖਾਲਸਾ ਏਡ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਅਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਗੁਰੂ ਸਾਹਿਬਾਨਾਂ ਦੇ ਦਿਖਾਏ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇੱਥੇ ਆ ਕੇ ਇੰਨੀ ਖੁਸ਼ੀ ਹੋਈ ਹੈ ਸਕੂਲ ਦੇ ਵਿੱਚ ਕਿ ਬੱਚਿਆਂ ਨੇ ਜੋ ਪਰਫਾਰਮੈਂਸ ਦਿੱਤੀ ਹੈ, ਹੁਣੇ ਲਾਸਟ ਪਰਫਾਰਮੈਂਸ ਦਿੱਤੀ ਹੈ, ਕਿਵੇਂ ਉਸ ਕੋਰੀਓਗ੍ਰਾਫੀ ਦੇ ਵਿੱਚ ਦਿਖਾਇਆ ਗਿਆ ਕਿ ਅੱਜ ਅਸੀਂ ਜਾਤਾਂ ਦੇ ਪਿੱਛੇ ਕਿਵੇਂ ਲੜ ਰਹੇ ਹਾਂ। ਆ ਜੱਟ ਹੈ, ਭਾਪਾ ਹੈ, ਚਾਵਲ ਹੈ, ਸੇਠੀ ਹੈ, ਕਿਵੇਂ ਦਿਖਾਇਆ ਜਾ ਰਿਹਾ ਸੀ, ਸਾਰਿਆਂ ਨੇ ਵੇਖਿਆ ਹੀ ਹੈ। ਪਰ ਆਪਾਂ ਦੇਖਦੇ ਜ਼ਰੂਰ ਹਾਂ, ਬਟ ਅਮਲ ਨਹੀਂ ਕਰਦੇ ਆਪਣੀ ਜ਼ਿੰਦਗੀ ਦੇ ਵਿੱਚ। ਆਪਾਂ ਸਾਰੇ ਪਿੰਡਾਂ ਵਾਲੇ ਬੈਠੇ ਹਾਂ ਉੱਥੇ ਮੋਸਟਲੀ, ਆਪਣੇ ਪਿੰਡਾਂ ਦੇ ਵਿੱਚ ਜਿਹੜੇ ਮੋਸਟਲੀ ਝਗੜੇ ਨੇ ਊਚ ਨੀਚ ਨੂੰ ਲੈ ਕੇ ਨੇ। ਪਰ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਅੱਜ ਇੱਥੇ ਆ ਕੇ ਕਿ ਨਿਸ਼ਾਨ ਅਕੈਡਮੀ ਵਰਗੇ ਸਕੂਲ ਅੱਜ ਬੱਚੇ ਤੁਹਾਨੂੰ ਸੁਨੇਹਾ ਦੇ ਰਹੇ ਨੇ, ਮਾਪਿਆਂ ਨੂੰ ਸੁਨੇਹਾ ਦੇ ਰਹੇ ਨੇ, ਸੁਸਾਇਟੀ ਨੂੰ ਸੁਨੇਹਾ ਦੇ ਰਹੇ ਨੇ ਕਿ ਅੱਜ ਦੇ ਇਸ਼ੂਜ਼ ਕੀ ਨੇ। ਜੋ ਬੱਚੇ ਤੁਹਾਨੂੰ ਸੁਨੇਹਾ ਦੇਣ ਆਏ ਨੇ ਉਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਬਾਕੀ ਖਾਲਸਾ ਏਡ ਦੇ ਬਾਰੇ ਤੁਸੀਂ ਔਨਲਾਈਨ ਸਰਚ ਕਰ ਸਕਦੇ ਹੋ, ਜਿੱਥੇ ਵੀ ਕੋਈ ਅਰਥ ਕੋਈ ਕੋਈ ਭੂਚਾਲ, ਹੜ੍ਹ, ਸੁਨਾਮੀ, ਕਿੱਥੇ ਕੋਈ ਜੰਗ ਲੱਗੇ, ਤਾਂ ਸਾਡਾ ਇੱਕੋ ਹੀ ਸੁਨੇਹਾ ਹੁੰਦਾ ਪਿਆਰ ਦਾ, ਇੱਕੋ ਹੀ ਸੁਨੇਹਾ ਹੁੰਦਾ ਗੁਰੂ ਨਾਨਕ ਸਾਹਿਬ ਦਾ, ਜੋ ਸਰਬਤ ਦੇ ਭਲੇ ਦਾ, ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋਧ ਦਾ, ਕਿ ਸਾਰੇ ਸਾਡੇ ਲਈ ਇੱਕ ਨੇ,
ਅਸੀਂ ਸਿਰਫ ਪਿਆਰ ਵੰਡਣ ਆਇਆ। ਤੇ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਸਕੂਲ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ, ਆਪਣੇ ਆਲੇ ਦੁਆਲੇ ਦੇ ਵਿੱਚ ਪਿਆਰ ਵੰਡੋ, ਤੇ ਪਿਆਰ ਤੋਂ ਉੱਪਰ ਕੋਈ ਹੋਰ ਚੀਜ਼ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ ਨੇ ਅਕੈਡਮੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਾਇਆ। ਅੱਜ ਦੇ ਫੰਕਸ਼ਨ ਤੇ ਮੈਂ ਸਾਡੀ ਸਮੁੱਚੀ ਟੀਮ, ਨਿਸ਼ਾਨ ਅਕੈਡਮੀ ਦੇ ਪ੍ਰਿੰਸੀਪਲ ਸਾਹਿਬ, ਟੀਚਰ ਸਾਹਿਬਾਨ, ਜਿਨ੍ਹਾਂ ਨੇ ਅਕੈਡਮੀ ਦੀ ਸਥਾਪਨਾ ਤੋਂ ਲੈ ਕੇ ਹੁਣ ਤਾਈਂ ਬਹੁਤ ਸਖ਼ਤ ਮਿਹਨਤ ਕਰਕੇ ਅਕੈਡਮੀ ਨੂੰ ਬੁਲੰਦੀਆਂ 'ਤੇ ਪਹੁੰਚਾਇਆ, ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਸਾਰੇ ਇਲਾਕਾ ਵਾਸੀਆਂ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਨੇ ਹਰੇਕ ਔਕਸ਼ਾਪ 'ਚ ਸਾਡਾ ਸਾਥ ਦਿੱਤਾ, ਸਾਡੇ 'ਚ ਭਰੋਸਾ ਪ੍ਰਗਟਾਇਆ ਅਤੇ ਹਮੇਸ਼ਾ ਸਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸਾਰੇ ਇਲਾਕਾ ਵਾਸੀਆਂ ਦਾ ਮੈਂ ਦੁਬਾਰਾ ਧੰਨਵਾਦ ਕਰਦਾ। ਅਤੇ ਅੱਜ ਦੇ ਇਸ ਫੰਕਸ਼ਨ ਦੀ ਸਫਲਤਾ ਲਈ ਸਾਡੇ ਸਾਰੀ ਸਮੁੱਚੀ ਟੀਮ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ। ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਇਨਾਮ ਵੰਡ ਸਮਾਰੋਹ ਨੂੰ ਚਾਰ ਚੰਨ ਲਾ ਦਿੱਤੇ। ਮਹਿਰਾ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਰੰਤ ਸਬਸਕ੍ਰਾਈਬ ਕਰੋ ਪ੍ਰਾਈਮ ਪੰਜਾਬ ਨਿਊਜ਼।